ਪਰਮ ਸਨਮਾਨਯੋ ਗੁਰੂ ਰੂ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਪਾਲਾ ਸਿੰਘ ਜੀ ਦਾ ਜਨਮ 1963 ਵਿੱਚ ਪਿਤਾ ਗੁਰਬਖਸ਼ ਸਿੰਘ ਤੇ ਮਾਤਾ ਨਿਰੰਜਨ ਕੌਰ ਦੀ ਕੁੱਖ ਤੋਂ ਲੋਗੜ ਨਗਰ ਜੋ ਕਿ ਬਾਬਾ ਵਕਾਲਾ ਸਾਹਿਬ ਤਹਿਸੀਲ ਵਿੱਚ ਆਉਂਦਾ ਹੈ ਉੱਥੇ ਹੋਇਆ ਬਾਬਾ ਜੀ ਬਚਪਨ ਤੋਂ ਹੀ ਸਾਧੂ ਸੁਭਾਅ ਵਾਲੇ ਮਹਾਪੁਰਖ ਸਨ ਬਾਬਾ ਜੀ ਬਚਪਨ ਤੋਂ ਹੀ ਬਾਬਾ ਰਾਮ ਸਿੰਘ ਜੀ ਨਿਰੰਜਨਪੁਰ ਵਾਲਿਆਂ ਦੇ ਨਾਲ ਹਫਤੇ ਬਾਅਦ ਸ਼੍ਰੀ ਬਾਬਾ ਬਕਾਲਾ ਸਾਹਿਬ ਵਿੱਚ ਸੇਵਾ ਤੇ ਜਾਣ ਲੱਗ ਪਏ ਸਨ ਉਹਨਾਂ ਦਿਨਾਂ ਵਿੱਚ ਗੁਰਦੁਆਰਾ ਪੋਹਰਾ ਸਾਹਿਬ ਗੁਰੂ ਕੇ ਸਰੋਵਰਾਂ ਦੀ ਸੇਵਾ ਬਾਬਾ ਵਿਸ਼ਨ ਸਿੰਘ ਜੀ ਕਰਵਾ ਰਹੇ ਸਨ ਇਸ ਲਈ ਬਹੁਤ ਸਾਰੀਆਂ ਸੰਗਤਾਂ ਵਾਰੀਆਂ ਅਨੁਸਾਰ ਬਾਬੇ ਬਕਾਲੇ ਸਾਹਿਬ ਸੇਵਾ ਕਰਨ ਵਾਸਤੇ ਜਾਇ ਕਰਦੀਆਂ ਸਨ। ਬਾਬਾ ਆਰਾਮ ਸਿੰਘ ਜੀ ਨਰੰਜਨਪੁਰ ਵਾਲੇ ਹਰ ਐਤਵਾਰ ਸੇਵਾ ਕਰਨ ਵਾਸਤੇ ਜਾਇ ਕਰਦੇ ਸਨ। ਹੌਲੀ-ਹੌਲੀ ਬਾਬਾ ਪਾਲਾ ਸਿੰਘ ਜੀ ਨੂੰ ਸੇਵਾ ਦੀ ਇੰਨੀ ਕਿਚੇਟਕ ਲੱਗੀ ਕਿ ਬਾਬਾ ਜੀ ਲੋਗੜ ਦੀਆਂ ਸੰਗਤਾਂ ਨਾਲ ਸੇਵਾ ਤੇ ਜਾਣ ਲੱਗ ਪਏ। ਫੇਰ ਬਾਬਾ ਜੀ ਨੂੰ ਸੇਵਾ ਦੀ ਚਟਕ ਵਧ ਹੀ ਗਈ ਤੇ ਬਾਬਾ ਜੀ ਇੱਕ ਦਿਨ ਛੱਡ ਕੇ ਸੇਵਾ ਤੇ ਜਾਣ ਲੱਗ ਪਏ ਪੰਜ ਛੇ ਮਹੀਨੇ ਬਾਬਾ ਜੀ ਸ਼ਹੀਦੀ ਬਾਗ ਵੀ ਰਹੇ ਅਖੀਰ ਪੱਕੇ ਹੀ ਸੇਵਾ ਵਿੱਚ ਬਾਬੇ ਬਕਾਲੇ ਸਾਹਾ ਆ ਗਏ ਬਾਬਾ ਵਿਸ਼ਨ ਸਿੰਘ ਜੀ ਨੇ ਬਾਬਾ ਜੀ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਬਾਬਾ ਪਾਲਾ ਸਿੰਘ ਜੀ ਦੀ ਸੇਵਾ ਗਊਆਂ ਸੰਭੜ ਤੇ ਲਾ ਦਿੱਤੀ ਬਾਬਾ ਪਾਲਾ ਸਿੰਘ ਜੀ ਗਊਆਂ ਦੀ ਸੇਵਾ ਕਰਨ ਲੱਗ ਪਏ। ਬਾਬਾ ਜੀ ਦਿਨ ਵੇਲੇ ਗਊਆਂ ਚਾਰਿਆ ਕਰਦੇ ਸਨ ਤੇ ਰਾਤ ਨੂੰ ਗਊਆਂ ਦਾ ਗੋਬਰ ਉਠਾਇਆ ਕਰਦੇ ਸਨ। ਇੱਕ ਦਿਨ ਬਾਬਾ ਜੀ ਨੂੰ ਬਾਬਾ ਵਿਸ਼ਨ ਸਿੰਘ ਜੀ ਨੇ ਗਊਆਂ ਦੀ ਸੇਵਾ ਤੋਂ ਪ੍ਰਸੰਨ ਹੋ ਕੇ 17 ਸਾਲ ਦੀ ਉਮਰ ਵਿੱਚ ਆਪਣੀ ਹਜ਼ੂਰੀ ਦੀ ਇੱਕ ਵਰਛੀ ਤੇ ਅਕਾਲੀ ਬਾਣਾ ਬਾਬਾ ਪਾਲਾ ਸਿੰਘ ਜੀ ਨੂੰ ਬਖਸ਼ ਦਿੱਤਾ ਤੇ ਨਾਲ ਹੀ ਵਚਨ ਕੀਤਾ। ਕਿ ਤੁਸੀਂ ਨੇ ਅੱਜ ਤੋਂ ਘਰ ਦਾ ਮੋਹ ਨਹੀਂ ਕਰਨਾ ਮਨ ਲਾ ਕੇ ਸੇਵਾ ਵਿੱਚ ਦਿਨ ਰਾਤ ਇੱਥੇ ਹੀ ਰਹਿਣਾ ਹੈ ਤੁਹਾਡੀ ਚੜ੍ਹਦੀ ਕਲਾ ਰਹੇਗੀ ਤੁਹਾਡੀ ਵਾਹ ਵੱਲ ਕੋਈ ਦੇਖੇਗਾ ਨਹੀਂ ਤੁਸੀਂ ਮਹਾ ਪ੍ਰਤਾਪੀ ਮਹਾਪੁਰਖ ਹੋਵੋਗੇ ਬਾਬਾ ਜੀ ਨੇ ਅਗੋਂ ਬਾਬਾ ਵਿਸ਼ਨ ਸਿੰਘ ਜੀ ਨੂੰ ਬਚਨ ਕੀਤਾ ਕਿ ਗਊਆਂ ਨੂੰ ਸਾਹਮਣਾ ਮੇਰੇ ਇਕੱਲੇ ਕਰੇ ਦਾ ਵਸ ਨਹੀਂ ਤਾਂ ਬਾਬਾ ਵਿਸ਼ਨ ਸਿੰਘ ਜੀ ਨੇ ਕਿਹਾ ਤੁਸੀਂ ਚਿੰਤਾ ਨਾ ਕਰੋ ਅਕਾਲੀ ਫੌਜ ਆ ਕੇ ਸੇਵਾ ਆਪ ਕਰੇਗੀ ਇੰਜ ਬਾਬਾ ਬਿਸ਼ਨ ਸਿੰਘ ਜੀ ਨੇ ਬਾਬਾ ਪਾਲਾ ਸਿੰਘ ਜੀ ਨੂੰ ਸੇਵਾ ਬਖਸ਼ ਕੇ ਨਿਹਾਲੋ ਨਿਹਾਲ ਕਰ ਦਿੱਤਾ ਜਿਸ ਦਿਨ ਤੋਂ ਹੀ ਬਾਬਾ ਪਾਲਾ ਸਿੰਘ ਜੀ ਨੂੰ ਸੇਵਾ ਮਿਲੀ ਬਾਬਾ ਜੀ ਨੇ ਉਸੇ ਦਿਨ ਤੋਂ ਸੇਵਾ ਲਈ ਕਮਰ ਕਸਾ ਹੋਰ ਕਸ ਲਿਆ ਬਾਬਾ ਪਾਲਾ ਸਿੰਘ ਜੀ ਨੇ ਜਿੱਥੇ ਗਵਾਂ ਦੀ ਸੇਵਾ ਕੀਤੀ ਉਥੇ ਮੱਝਾਂ ਬੱਕਰੀਆਂ ਆਦਿ ਭਾਵ ਕੇ ਸਗਲੀ ਲੋਕਾਈ ਵਿੱਚ ਰੱਬ ਨੂੰ ਦੇਖਿਆ ਤੇ ਸਗਲੇ ਲੋਕਾਂ ਨੂੰ ਰੱਬ ਸਮਝ ਕੇ ਰੱਬ ਦੀ ਸੇਵਾ ਕੀਤੀ। ਬਾਬਾ ਪਾਲਾ ਸਿੰਘ ਜੀ, ਬਾਬਾ ਵਿਸ਼ਨ ਸਿੰਘ ਜੀ ਤੇ ਇੰਨੀ ਸ਼ਰਧਾ ਰੱਖਦੇ ਸਨ ਕਿ ਜਦੋਂ ਵੱਡਿਆਂ ਬਾਬਿਆਂ ਨੇ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਮਾਲਤਾਨ ਗਉਆਂ ਵਿੱਚੋਂ ਕਿਤੇ ਬਾਹਰ ਨਹੀਂ ਜਾਣਾ। ਉਦੋਂ ਤੋਂ ਹੀ ਉਹ ਬਾਬਾ ਜੀ ਦੇ ਇਸ ਬਚਨ ਨੂੰ ਆਪਣੇ ਪੱਲੇ ਬੰਨ੍ਹ ਕੇ ਅਖੀਰ ਤੱਕ ਨਿਭਾਉਂਦੇ ਰਹੇ। ਉਹ ਕਦੇ ਗਊਆਂ ਵਿੱਚੋਂ ਬਾਹਰ ਜਾ ਕੇ ਰਾਤ ਸੁੱਤੇ ਨਹੀਂ ਤੇ ਪ੍ਰਤੱਖ ਤੌਰ ਤੇ ਵੀ ਆਪਣੇ ਚੋਲੇ ਦੀ ਕੰਨੀ ਤੇ ধਮਾਲੇ ਨੂੰ ਇੱਕ ਗੰਢ ਦਿੰਦੇ ਸਨ ਤਾਂ ਕਿ ਸਾਨੂੰ ਬਾਬਾ ਜੀ ਦਾ ਬਚਨ ਕਦੇ ਵਿਸਰੇ ਨਾ ਬਾਬਾ ਜੀ ਦਾ ਸੇਵਾ ਕਰਨ ਦਾ ਢੰਗ ਅਨੋਖਾ ਹੀ ਸੀ ਬਾਬਾ ਜੀ ਨੇ ਹਰੇਕ ਗਰੀਬ ਅਨਾਥ ਭੁੱਖੇ ਦੀ ਸੇਵਾ ਕਰਦੇ ਰਹਿਣਾ ਬਾਬਾ ਜੀ ਕੁੱਤਿਆਂ ਨੂੰ ਮਠਿਆਈ ਕੀੜੀਆਂ ਨੂੰ ਖੰਡ ਮੱਛੀਆਂ ਨੂੰ ਖਾਸ ਖਾਸ ਸਾਗੀ ਤੇ ਬਦਾਮ ਪਾਇਆ ਕਰਦੇ ਸਨ। ਬਾਬਾ ਜੀ ਐਡੇ ਵੱਡੇ त्यागी ਸਨ ਕਿ ਉਹਨਾਂ ਦਾ ਮਾਇਆ ਨਾਲ ਮੋਹ ਨਹੀਂ ਸੀ। ਕਈ ਵਾਰੀ ਉਹ ਖੁਸ਼ੀ ਵੇਚਾ ਕੇ ਮਾਇਆ ਦਰਿਆ ਵਿੱਚ ਵੀ ਭੇਟ ਕਰ ਦਿਆ ਕਰਦੇ ਸਨ। ਬਾਬਾ ਪਾਲਾ ਸਿੰਘ ਜੀ ਐਡੇ ਵੱਡੇ ਸੇਵਾਦਾਰ ਸਨ ਪਰ ਫਿਰ ਵੀ ਉਹਨਾਂ ਵਿੱਚ ਨਿਮਰਤਾ ਕੋਟ-ਕੋਟ ਕੇ ਭਰੀ ਹੋਈ ਸੀ। ਬਾਬਾ ਜੀ ਦੀ ਸੇਵਾ ਸਮੇਂ ਇੱਕ ਪੱਤਰਕਾਰ ਨੇ ਬਾਬਾ ਜੀ ਨੂੰ ਕਿਹਾ ਕਿ ਆਪ ਜੀ ਕਦੋਂ ਤੋਂ ਗਊਆਂ ਦੀ ਸੇਵਾ ਕਰ ਰਹੇ ਹੋ ਤਾਂ ਬਾਬਾ ਜੀ ਮੁਸਕਰਾ ਕੇ ਕਹਿਣ ਲੱਗੇ ਕਿ ਅਸੀਂ ਗਊਆਂ ਦੀ ਕਾਹਦੀ ਸੇਵਾ ਕਰਦੇ ਹਾਂ ਗਊਆਂ ਸਾਡੀ ਸੇਵਾ ਕਰਦੀਆਂ ਹਨ ਭਾਬ ਕੇ ਅਸੀਂ ਗਊਆਂ ਦਾ ਦਿੱਤਾ ਹੀ ਛੱਕਦੇ ਪਏ ਹਾਂ ਬਾਬਾ ਜੀ ਇਹ ਵੀ ਕਿਹਾ ਕਰਦੇ ਸਨ ਕਿ ਲੋਕ ਗਊਆਂ ਮਜਾ ਨੂੰ ਕੂੜਾ ਸਾਂਵੇਂ ਕੇ ਸਾਨੂੰ ਦੇਖੇ ਜਾਂਦੇ ਹਨ ਪਰ ਸਤਿਗੁਰੂ ਜੀ ਗਊਆਂ ਨੂੰ ਸੋਨਾ ਬਣਾ ਕੇ ਗਊਆਂ ਤੋਂ ਸੇਵਾ ਲੈਂਦੇ ਹਨ ਬਾਬਾ ਪਾਲਾ ਸਿੰਘ ਜੀ ਬੜਾ ਸਾਦਾ ਜੀਵਨ گزارਨ ਵਾਲੇ ਮਹਾਪੁਰਖ ਸਨ ਉਹ ਇੱਕ ਹੀ ਝੋਲਾ ਕਸ਼ਹਿਰਾ ਦੁਮਾਲਾ ਰੱਖਦੇ ਸਨ ਤੇ ਹਰ ਰੋਜ਼ ਕੇਸੀ ਇਸ਼ਨਾਨ ਕਰਦੇ ਹੁੰਦੇ ਸਨ ਅੰਮ੍ਰਿਤ ਵੇਲੇ ਰਬੀ ਸਿਮਰਨ ਤੇ ਫਿਰ ਸ਼ਹੀਦੀ ਰਗੜੇ ਦੀ ਸੇਵਾ ਕਰਦੇ ਸਨ ਤੇ ਦਿਨੇ ਗਊਆਂ ਚਾਰਨੀਆਂ ਇਹੇ ਬਾਬਾ ਜੀ ਦਾ ਨਿਤਨੇਮ ਸੀ ਬਾਬਾ ਜੀ ਆਰਾਮ ਵਾਸਤੇ ਉੱਪਰ ਬੋਰੀਆਂ ਦਾ ਆਸਣ ਲਿਆ ਕਰਦੇ ਸਨ ਜੈਸੇ ਬਾਣੀ ਦੇ ਬਚਨ ਹਨ ਮਤ ਹੋਦੀ ਹੋਏ ਇਆਣਾ ਤਾਣ ਹੋਦੇ ਹੋਏ ਨਿਤਾਣਾ ਅਣ ਹੋਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ ਬਾਬਾ ਜੀ ਦਾ ਐਸਾ ਜੀਵਨ ਸੀ ਕਿ ਸਭ ਕੁਝ ਹੁੰਦਿਆਂ ਵੀ ਨਿਤਾਣੇ ਤੇ ਨਿਮਾਣੇ ਬਣ ਕੇ ਰਹਿੰਦੇ ਸਨ ਸਾਰੀ ਲੋਕਾਈ ਉਹਨਾਂ ਅੱਗੇ ਝੁਕਦੀ ਸੀ ਪਰ ਉਹ ਲੋਕਾਂ ਹੀ ਅੱਗੇ ਹਮੇਸ਼ਾ ਸਜਦਾ ਕਰਦੇ ਸਨ। ਬਾਬਾ ਜੀ ਐਡੇ ਵੱਡੇ त्याਗੀ ਸਨ ਜਿੱਥੇ ਉਹਨਾਂ ਨੇ ਧਨ ਦੌਲਤ, ਕੱਪੜਿਆਂ ਆਦਿਕਾਂ ਸਭ ਦਾ ਤਿਆਗ ਕੀਤਾ। ਉੱਥੇ ਹੀ ਉਹਨਾਂ ਨੇ ਸਰੀਰ ਨੂੰ ਵੀ ਮਰਿਆ ਹੋਇਆ ਹੀ ਸਮਝਿਆ ਹੋਇਆ ਸੀ। ਇੱਕ ਵਾਰੀ ਬਾਬਾ ਜੀ ਦੀਆਂ ਲੱਤਾਂ ਵਿੱਚ ਕਰਮ ਚੱਲ ਪਏ ਤੇ ਇੱਕ ਕਰਮ ਇੱਕ ਵਾਰੀ ਉੱਭਰ ਕੇ ਲੱਤੋਂ ਬਾਹਰ ਆਇਆ। ਤਾਂ ਬਾਬਾ ਜੀ ਨੇ ਅੰਦਰ ਧੱਕ ਕੇ ਕਿਹਾ ਕਿ ਤੇਰਾ ਥਾਂ ਬਾਹਰ ਨਹੀਂ ਲੱਤ ਦੇ ਅੰਦਰ ਹੈ ਇੱਕ ਵਾਰੀ ਬਾਬਾ ਜੀ ਨੂੰ ਪੁਲਿਸ ਨੇ ਫੜ ਕੇ ਬਹੁਤ ਕੁੱਟਿਆ ਤਾਂ ਬਾਬਾ ਜੀ ਹੱਸ ਕੇ ਕਹਿਣ ਲੱਗੇ ਕਿ ਕੀ ਹੋਇਆ ਜੇ ਅੱਜ ਇਸ ਸਰੀਰ ਨੂੰ ਕੁੱਟ ਪੈ ਗਏ ਕੱਲ ਮਥੇ ਵੀ ਇਸ ਨੂੰ ਹੀ ਟਿਕਦੇ ਸਨ ਇੰਜ ਬਾਬਾ ਜੀ ਨੇ ਸਰੀਰ ਦਾ ਪੂਰਨ ਰੂਪ ਵਿੱਚ ਤਿਆਗ ਕੀਤਾ ਹੋਇਆ ਸੀ ਬਾਬਾ ਜੀ ਦਾ ਬਚਨ ਚੱਲੇ ਹੋਏ ਤੀਰ ਵਾਂਗੂ ਪੂਰਾ ਹੁੰਦਾ ਸੀ ਬਾਬਾ ਜੀ ਜੋ ਵੀ ਬਚਨ ਕਰਦੇ ਹੁੰਦੇ ਸੀ ਉਹ ਬਚਨ ਝਟ ਪੂਰਾ ਹੋ ਜਾਇਆ ਕਰਦਾ ਸੀ ਬਾਬਾ ਜੀ ਨੇ ਬਚਨਾਂ ਨਾਲ ਹੀ ਕਈਆਂ ਦੇ ਰੋਗ ਖੰਡ ਦਿੱਤੇ ਤੇ ਕਈਆਂ ਦੇ ਘਰ ਭਰ ਦਿੱਤੇ ਜਿਹੜੀ ਫਸਲ ਵਿੱਚੋਂ ਬਾਬਾ ਜੀ ਗਊਆਂ ਲੈ ਕੇ ਲੰਘ ਜਾਂਦੇ ਸਨ ਉਹ ਫਸਲ ਦੂਣੀ ਹੋ ਜਾਂਦੀ ਸੀ ਬਾਬਾ ਪਾਲਾ ਸਿੰਘ ਜੀ ਸਤਖੰਡ ਵਾਸੀ ਬਾਬਾ ਵਿਸ਼ਨ ਸਿੰਘ ਜੀ ਬਾਬਾ ਕੀਰਤਨ ਸਿੰਘ ਜੀ ਬਾਬਾ ਮੱਖਣ ਸਿੰਘ ਜੀ ਦੀ ਆਗਿਆ ਅਨੁਸਾਰ ਸੇਵਾ ਕਰਦੇ ਰਹੇ ਬਾਬਾ ਜੀ ਨੇ ਆਪਣੇ ਜੀਵਨ ਵਿੱਚ ਸੇਵਾਦਾਰ ਦੀ ਅਖੀਰਲੀ ਮੰਜ਼ਲ ਦਰਸਾ ਦਿੱਤੀ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀਆਂ ਇਹਨਾਂ ਤੁਕਾਂ ਦੀ ਤਨਦੇਹੀ ਨਾਲ ਵਿਆਖਿਆ ਕੀਤੀ ਗੁਰ ਕੈ ਗ੍ਰਹ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹ ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਦ ਧਿਆਵੈ ਮਨ ਵੇਚਾ ਸਤਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਅਖੀਰ ਬਾਬਾ ਪਾਲਾ ਸਿੰਘ ਜੀ ਇੰਜ ਅਨੇਕਾਂ ਕੌਤਕ ਕਰਦੇ ਹੋਏ ਤੇ ਮਿਸਲ ਸ਼ਹੀਦਾ ਤਰਨਾ ਦਲ ਦੇ 15ਵੇਂ ਮੁਖੀ ਬਾਬਾ ਗੱਜਣ ਸਿੰਘ ਜੀ ਦੀ ਆਗਿਆ ਵਿੱਚ ਸੇਵਾ ਕਰਦੇ ਹੋਏ 11 ਸਤੰਬਰ 2018 ਵਿੱਚ ਸੱਚਖੰਡ ਨੂੰ ਪਹਾਰ ਗਏ ਜਦ ਬਾਬਾ ਪਾਲਾ ਸਿੰਘ ਜੀ ਸੱਚਖੰਡ ਨੂੰ ਪਹਾਰਨ ਲੱਗੇ ਤਾਂ ਅਖੀਰ ਉਹਨਾਂ ਨੇ ਬਾਬਾ ترਸੇਮ ਸਿੰਘ ਜੀ ਪਰਥ ਨੂੰ ਜੇਤੇ ਕੀਤਾ ਤੇ ਫਿਰ ਗਵਾਂ ਦੀ ਸੇਵਾ ਬਾਬਾ ਗੱਜਣ ਸਿੰਘ ਜੀ ਨੇ ਬਾਬਾ ਪਰਥ ਸਿੰਘ ਜੀ ਨੂੰ ਬਖਸ਼ ਕੇ ਨਿਹਾਲ ਕਰ ਦਿੱਤਾ ਮਹਾਪੁਰਖ ਬਾਬਾ ਪਾਲਾ ਸਿੰਘ ਜੀ ਇਕ ਰਬੀ ਰੂਹੀ ਇਹੋ ਜਹੀਆਂ ਰੂਹਾਂ ਸੰਸਾਰ ਵਿੱਚ ਕਦੇ ਕਦੇ ਹੀ ਆਉਂਦੀਆਂ ਹਨ ਹੋਈਆ ਭੁੱਲਾ ਚੁਕਾਂ ਦੀ ਖਿਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ